ਇਹ ਉਹੀ ਫਿਲਮ ਹੈ ਜਿਹੜੀ ਮੈਂ ਕਈ ਇੰਟਰਵਿਊਜ਼ ਗੱਲ ਗਈ ਸੀ ਮੈਂ ਵਿਆਹ ਤੋਂ ਜਿਹੜਾ ਇੱਕ ਦਿਨ ਪਹਿਲਾਂ ਕਰੇ ਗਿਆ ਸੀ ਉਹ ਇਸ ਫਿਲਮ ਦੇ ਸ਼ੂਟ ਤੋਂ ਸੀਗਾ ਅੱਛਾ ਮੇਰੇ ਲਈ ਬਹੁਤ ਡਿਸਟਰਬ ਹੋ ਜਾਂਦਾ ਸੀਗਾ ਕਿ ਮੈਂ ਉੱਥੇ ਬਹੁਤ ਇਦਾਂ ਦੇ ਸੀਨ ਕਰਕੇ ਆਉਂਦਾ ਸੀ ਉਸ ਤੋਂ ਬਾਅਦ ਮੈਂ ਜਾਗ ਉੱਤੀ ਗਿਆ ਹੂੰ ਸੋ ਐਕਟਰ ਲਈ ਬਹੁਤ ਔਖਾ ਹੋ ਜਾਂਦਾ ਜੇ ਸਬਜੈਕਟ ਲਈ ਉਹ ਇੰਨਾ ਜੁੜਿਆ ਹੋਵੇ ਤੇ ਉਸ ਤੋਂ ਮੈਨੂੰ ਇਹ ਵੀ ਮੇਰੇ ਦਿਮਾਗ 'ਚ ਹੀ ਨਹੀਂ ਸੀ ਹੁੰਦਾ ਯਾਰ ਮੇਰਾ ਵਿਆਹ ਪਰਸੋਂ ਮੇਰੀ ਬਰਾਤ ਚੜ੍ਹਨੀ ਹੈ ਤੇ ਅੱਜ ਜਾਗੂ ਹੈ theater ਵਾਲੇ ਆਪਣੇ ਆਪ ਨੂੰ ਕਿਸੇ ਹੱਦ ਤੱਕ ਸੁਪੀਰੀਅਰ ਸਮਝਦੇ ਨੇ ਸਮਝਦੇ ਹੈ ਉਹ ਸਮਝਣਾ ਚਾਹੀਦਾ ਵੀ ਹੈ ਵੈਸੇ ਮੈਂ ਇਹ ਕਹਾਂ ਪਰ ਮੈਨੂੰ ਲੱਗਦਾ ਜਿੰਦਗੀ ਜਿਉਣੀ ਭੁੱਲ ਜਾਂਦੇ ਆ ਉਸ ਜ਼ੋਨ ਚ ਰਹਿ ਕੇ ਨਾ ਫਨ ਕਰਨਾ ਭੁੱਲ ਜਾਂਦੇ ਆ ਨਾ ਜਾਣ ਬੁੱਝ ਕੇ ਐਂ ਜਿਹਾ ਰਹਿਣ ਲੱਗ ਜਾਂਦੇ ਆ ਫੋਕਸ ਜੇ ਨਾ ਕਿ ਕਈ ਹੱਸ ਵੀ ਲੈਣਾ ਚਾਹੀਦਾ ਯਾਰ ਹਨਾ ਪੰਜਾਬੀ ਚ ਹੀ ਨਹੀਂ ਹਿੰਦੀ ਚ ਵੀ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਵੈਬ ਸੀਰੀਜ਼ ਨੇ ਉੱਤੇ ਲੈ ਕੇ ਆਏ ਹਨਾ ਲਾਈਕ ਪੰਕਜ ਦਰਪਾਟੀ ਲਾਲ ਹੋਵੇ ਸਾਰੇ ਐਗਜ਼ੈਪਲਸ ਨੇ ਹਨਾ ਵੈਬ ਸੀਰੀਜ਼ ਦੇ ਇਹਨਾਂ ਨੂੰ ਕਦੇ ਸੋਚਿਆ ਨਹੀਂ ਸੀ ਵੀ ਇਹ ਹੀਰੋ ਆਉਣਗੇ ਕਦੇ ਹਨਾ ਸਮਾਂ ਬਹੁਤ ਬਦਲ ਗਿਆ ਪਿਛਲੇ 4-5 ਸਾਲਾਂ ਚ ਪਹਿਲਾਂ ਕਹਿੰਦੇ ਸੀ ਹਰ ਐਕਟਰ ਨੂੰ ਬੰਬੇ ਜਾਣਾ ਪੈਣਾ ਉਹ ਤਾਂ ਉਹ ਲੱਭਦੇ ਫਿਰਦੇ ਆ ਬੈਟਰੀਆਂ ਲੈ ਕੇ ਕਿ ਕਿੱਥੇ ਬੈਠੇ ਆ ਵੀ ਇੰਡੀਆ ਚ ਕਿਤੇ ਵੀ ਬੈਠੇ ਹੋ ਤੁਸੀਂ ਅਸੀਂ ਆ ਜਾਂਦੇ ਆ ਜੁਡੀਸ਼ਨ ਲੈਣ ਫੜਾ ਕਿ ਬੰਬਈ ਰਹਿਣ ਦੀ ਲੋੜ ਵੀ ਨਹੀਂ ਹੈ ਨਾ ਮੈਂ ਕਹਿ ਦਿੰਦਾ ਜਦੋਂ ਕੋਈ ਫੋਨ ਹੁੰਦਾ ਜੀ ਮੈਂ ਤਾਂ ਚੰਡੀਗੜ੍ਹ ਰਹਿਣਾ ਪਹਿਲਾਂ ਤਾਂ ਗੱਲੋਂ ਖੁਸ਼ ਹੁੰਦੇ ਆ ਉਹ ਤਾਂ ਰਾਹ ਕਸ਼ਬ ਦਾ ਆ ਗਿਆ ਜਿਹੜਾ ਮੇਰਾ ਫੇਵਰਿਟ ਸੀਗਾ ਰਾਹ ਕਸ਼ਬ ਦਾ ਆਇਆ ਫਿਰ ਤਾਂ ਗੱਲ ਖਤਮ ਮੈਂ ਕਿਹਾ ਮੈਂ ਤਾਂ ਫੋਨ ਆਇਆ ਮੈਨੂੰ ਮੈਂ ਕਿਹਾ ਯਾਰ ਰਾਤ ਦੇ ਦੁਪਹਿਰ ਦੇ 2 ਵਜੇ ਸੀ ਅੱਛਾ ਤੇ ਮੈਂ ਹਾਂ ਯਾਰ ਇਹ ਟਾਈਮ ਪੀਂਦਾ ਤਾਂ ਹੁੰਦਾ ਨਹੀਂ ਪਰ ਸਕ੍ਰਿਪਟ ਤਾਂ ਹਜੇ ਵੀ ਨਹੀਂ ਲਿਖੀ ਜਾਂਦੀ ਸਕ੍ਰਿਪਟ ਤਾਂ ਹਜੇ ਵੀ ਪੰਗਾ ਹੈ ਇਹ ਪੰਗਾ ਤੁਸੀਂ ਪਾਇਆ ਲੱਗਦਾ ਮੈਨੂੰ ਤੁਸੀਂ ਮੰਗਦੇ ਹੋ ਨੀਓ ਸਕ੍ਰਿਪਟ ਚਾਹੀਦੀ ਮੈਨੂੰ ਹਾਂ ਮੈਂ ਮੰਗ ਲੈਣਾ ਮੈਨੂੰ ਪੰਗਾ ਖੜਾ ਹੋ ਜਾਂਦਾ ਇੱਥੇ ਰੀਲਾਂ ਬਣਾਉਂਦੇ ਡਿਸਟਰਬ ਹੁੰਦਾ ਇਸੇ ਪਹਿਲਾਂ ਤਾਂ ਸਾਰੀ ਫਿਲਮ ਦਿਖਾ ਦਿੰਦੇ ਆ ਆ ਬੈਠੇ ਨੇ ਜੀ ਅੱਜ ਸਾਡੇ ਨਾਲ ਆ ਬੈਠੇ ਨੇ ਸਾਰੇ ਉਹ ਪਹਿਲਾਂ ਹੀ ਪਾਈ ਪੂਜ ਜਾਂਦੇ ਆ ਹਾਂ ਰੀਲਾਂ ਪਾ ਪਾ ਕੇ ਫਿਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਰੀਲਾਂ ਤੇ ਫਿਲਮਾਂ 'ਚ ਕੋਈ ਫਰਕ ਨਹੀਂ ਰਹਿਣਾ ਨਾ ਵਿਸਲਰ ਗਿਆ ਵਿਸਲਰ ਹਾਂ ਮੈਂ ਸਟੋਰੀ ਪਾਈ ਤੇ ਮੈਨੂੰ ਬੜੇ ਸਾਰੇ ਕਮੈਂਟ ਆਏ ਉਹ ਕੈਨੇਡਾ ਔਰ ਕੈਨੇਡਾ ਪਹੁੰਚ ਕੇ ਅੱਗੇ ਤਾਂ ਮਰੀਲਾਂ ਹੀ ਆਉਂਦੀ ਹੁੰਦੀ ਸੀ ਮੇਰੇ ਅੱਗੇ ਨਾ ਕੈਨੇਡਾ ਦੀ। ਯਾ ਦੇ ਕੈਨੇਡਾ ਚ ਕੀ ਚੱਲ ਰਿਹਾ ਤੇ ਅੱਜ ਮੈਂ ਪਹੁੰਚ ਵੀ ਗਿਆ। ਅੱਜ ਪਹੁੰਚ ਵੀ ਗਏ ਹੈ ਨਾ। ਕੰਫਰੈਂਸ ਆਇਓ। ਹਾਂ ਕੋ ਮਰਿਆ ਜੀ ਬੜਾ ਵਧੀਆ ਲੱਗ ਰਿਹਾ। ਨੇਚਰ ਦੀ ਬਹੁਤ ਨੇੜੇ ਆ। ਮੈਨੂੰ ਤਾਂ ਮਜ਼ਾ ਆ ਰਿਹਾ। ਉਹ ਕਹਿੰਦੇ ਆ ਵੀ ਦੋ ਤਿੰਨ ਦਿਨ ਆ ਕੇ ਜੈਟ ਲੈਗ ਨੂੰ ਲੱਗ ਜਾਂਦੇ ਆ। ਮੈਂ ਕਿਹੜੇ ਜੈਟ ਲੈਗ। ਮੈਂ ਤਾਂ ਉੱਤਰਿਆ ਮੈਂ ਚੱਲੋ ਜਾਣਾ ਕਿੱਥੇ ਆ। ਹਾਂ। ਕੰਫਰੈਂਸ ਬਹੁਤ ਵਧੀਆ ਲੱਗ ਰਹੀ। ਬਹੁਤ ਵਧੀਆ। ਈਜ਼ੀ ਬਸ ਸੋਣਾ। ਈਜ਼ੀ ਸੋਣਾ ਹੈ ਨਾ। ਮੈਨ ਹੂੰ ਲਵਰ ਹੁੰਦੇ ਆ ਨਾ ਲੋਕ ਮੈਨੂੰ ਤਾਂ ਇਹ ਜੰਗਲਾਂ ਜੰਗਲਾਂ ਜਾ ਕੇ ਬਹਿ ਜੀਏ ਹੂੰ ਸੋ ਵਧੀਆ ਲੱਗਦਾ ਮੈਂ ਪਰ ਸਰੀ ਮਾੜਾ ਮਾੜਾ ਮਾਟਾ ਤੁਹਾਨੂੰ ਚੰਡੀਗੜ੍ਹ ਦੀ ਯਾਦ ਨਹੀਂ ਦਿਵਾਉਂਦਾ ਬਿਲਕੁਲ ਜੀ ਮੋਹਾਲੀ ਕਰਨ ਬਹੁਤ ਵਧੀਆ ਲੱਗਦਾ ਸਰੀ ਤਾਂ ਮੈਂ ਚਾਰਕ ਵਾਰੀ ਆ ਗਿਆ ਅੱਜ ਫੇਰ ਆਇਆ ਹਨਾ ਤੇ ਬਹੁਤ ਸੁਣਿਆ ਸਰੀ ਬਾਰੇ ਹਨਾ ਮਿੱਨੀ ਪੰਜਾਬ ਵੀ ਕਹਿੰਦੇ ਐ ਇਹਨੂੰ ਜੀ ਸੋ ਆ ਕੇ ਇੱਥੇ ਲੱਗਦਾ ਵੀ ਹੈ ਨਾ ਸਟੂਡੈਂਟ ਸੜਕਾਂ ਤੇ ਜਾ ਰਹੇ ਆ ਜਾਂ ਮਿਲਦੇ ਹਰ ਪਾਸੇ ਮੈਂ ਤਾਂ ਇਹਨੇ ਉੱਥੇ ਗਿਆ ਸੀਗਾ ਵਿਸਲਰ ਗਿਆ ਵਿਸਲਰ ਮੈਂ ਸਟੋਰੀ ਪਾਈ ਤੇ ਮੈਨੂੰ ਬੜੇ سارے ਕਮੈਂਟ ਆਏ ਉਹ ਕੈਨੇਡਾ ਚ ਗੋਰੇ ਵੀ ਨੇ ਮੈਂ ਕਿਹਾ ਅੱਛਾ ਯਾਰ ਇਸ ਲੈਵਲ ਤੱਕ ਗੱਲ ਪਹੁੰਚ ਗਈ

ਜਦੋਂ ਵੀ ਆਈ ਆਇਆ ਤਾਂ ਮੈਂ ਉਸੇ ਕਰਕੇ ਸੀਗਾ ਕਿ ਚਲੋ ਉੱਥੇ ਦੇਖਾਂਗੇ ਜਾ ਕੇ ਹਨਾ ਮੈਂ ਵੀ ਉੱਥੇ ਪਹਿਲੀ ਵਾਰ ਦੇਖਣੀ ਆ ਮੈਂ ਡਬਿੰਗ ਚ ਦੇਖੀ ਸੀਗੀ ਪੰਜਾਬ 95 ਪੰਜਾਬ 95 ਸੋ ਬੈਗਨ ਉੱਪਰ ਬੜਾ ਵਧੀਆ ਲੱਗਦਾ ਕਿਉਂਕਿ ਫੈਸਟੀਵਲ ਬਹੁਤ ਵੱਡਾ ਮੈਂ 2016 ਚ ਆਇਆ ਸੀਗਾ ਉਦੋਂ ਤੇ ਬੜਾ ਵਧੀਆ ਉੱਥੇ ਲੱਗਿਆ ਸੀਗਾ ਆ ਕੇ ਕਿ ਇੰਟਰਨੈਸ਼ਨਲ মিডিਆ ਹਾਊਸ ਨੂੰ ਦੇਖੂਗਾ ਬਟ ਕੁਝ ਰੀਜ ਨਾ ਕਰਕੇ ਉਹ ਨਹੀਂ ਪੋਸੀਬਲ ਹੋ ਪਾਇਆ ਤੇ ਦੇਖੋ ਹੁਣ ਜਿਹੜਾ ਵੀ ਅਪਡੇਟ ਆਉਂਦਾ ਅੱਗੇ ਤੇ ਛੇਤੀ ਸ਼ਾਇਦ ਅਪਡੇਟ ਕਰਾਂਗੇ ਅਜੇ ਜੀ ਇਹ ਫਿਲਮ ਬਹੁਤ ਲੰਬੇ ਸਮੇਂ ਤੋਂ ਐਕਚੁਅਲੀ ਇਹਦੇ ਬਾਰੇ ਗੱਲਬਾਤ ਵੀ ਹੋ ਰਹੀ ਹੈ ਐਂਡ ਥੋੜਾ ਹੋਣਾ ਮੈਨੂੰ ਇਦਾਂ ਲੱਗਦਾ ਮੈਨੂੰ ਹੈਰਾਨੀ ਨਹੀਂ ਹੁੰਦੀ ਆਈ ਥਿੰਕ ਇਹ ਜੀ ਫਿਲਮਾਂ ਦੇ ਨਾਲ ਥੋੜਾ ਜੁੜਨਾ ਇਜ਼ ਦ ਬੈਸਟ ਥਿੰਗ ਮਤਲਬ ਤੁਹਾਡੇ ਲਈ ਵੀ ਫਿਲਮ ਲਈ ਸੋ ਇਹ ਜਿਹੜੀ ਫਿਲਮ ਸਗੀ ਇਹਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣੇ ਕੈਰੈਕਟਰ ਬਾਰੇ ਨਹੀਂ ਸੌਰੀ ਉਹਦੇ ਤੇ ਮੈਂ ਕੈਰੈਕਟਰ ਬਾਰੇ ਕਿਉਂਕਿ ਬਹੁਤ ਸੀਕ੍ਰੀਟ ਹੈ ਪਰ ਐਨਾ ਕਿ ਇਸ ਫਿਲਮ ਲਈ ਕੁਝ ਚੀਜ਼ਾਂ ਸਬਜੈਕਟ ਹੁੰਦੀਆਂ ਜੋ ਦਿਲ ਦੇ ਬਹੁਤ ਨੇੜੀਆਂ ਹੁੰਦੇ ਆ ਰਾਈਟ ਇਹ ਹੂ ਫਿਲਮ ਹੈ ਜਿਹੜੀ ਮੈਂ ਕਈ ਇੰਟਰਵਿਊਜ਼ ਗੱਲ ਗਈ ਸੀ ਮੈਂ ਵਿਆਹ ਤੋਂ ਜਿਹੜਾ ਇੱਕ ਦਿਨ ਪਹਿਲਾਂ ਕਰੇ ਗਿਆ ਸੀ ਉਹ ਇਸ ਫਿਲਮ ਦੇ ਸ਼ੂਟ ਤੋਂ ਸੀਗਾ ਅੱਛਾ ਤੇ ਮੇਰੇ ਲਈ ਬਹੁਤ ਡਿਸਟਰਬ ਹੋ ਜਾਂਦਾ ਸੀਗਾ ਕਿ ਮੈਂ ਉੱਥੇ ਬਹੁਤ ਏਦਾਂ ਦੇ ਸੀਨ ਕਰਕੇ ਆਉਂਦਾ ਸੀ ਉਸ ਤੋਂ ਬਾਅਦ ਮੈਂ ਜਾਗ ਉੱਤੀ ਗਿਆ ਹੂੰ ਸੋ ਐਕਟਰ ਲਈ ਬਹੁਤ ਔਖਾ ਹੋ ਜਾਂਦਾ ਜੇ ਸਬਜੈਕਟਲੀ ਉਹ ਇੰਨਾ ਜੁੜਿਆ ਹੋਵੇ ਤੇ ਉਸ ਤੋਂ ਮੈਨੂੰ ਇਹ ਵੀ ਮੇਰੇ ਦਿਮਾਗ 'ਚ ਹੀ ਨਹੀਂ ਸੀ ਹੁੰਦਾ ਯਾਰ ਮੇਰਾ ਵਿਆਹ ਪਰਸੋ ਮੇਰੀ ਬਰਾ ਚੜਨੀ ਹੈ ਤੇ ਅੱਜ ਜਾਗੂ ਆ ਤੇ ਉਸ ਤੋਂ ਪਹਿਲਾਂ ਤੁਸੀਂ ਇਹ ਸ਼ੂਟ ਕਰ ਰਹੇ ਸੀ ਮੈਂ ਰਾਤ ਨੂੰ ਇਹ ਸ਼ੂਟ ਕਰ ਰਿਹਾ ਸੀਗਾ ਤੇ ਅਗਲੇ ਦਿਨ ਚੱਗ ਤੇ ਮੇਰੇ ਉਹ ਮਾਈਆਂ ਲਗਣੀਆਂ ਸੀ ਸਾਰੇ ਆ ਕੁਝ ਹੋ ਸੋ ਸੀਨ ਵੀ ਉਸ ਦਿਨ ਕੁਦਰਤੀ ਬਹੁਤ ਇੰਟੈਂਸ ਸੀਗਾ ਸੋ ਇੱਕ ਐਕਟਰ ਲਈ ਬਹੁਤ ਔਖਾ ਜਾਂਦਾ ਮੇਰੀਆਂ ਬਹੁਤ ਪਰਸਨਲ ਯੂਜ਼ ਫਿਲਮ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ ਤਾਂ ਮੈਨੂੰ ਲੱਗਿਆ ਸੀਗਾ ਇਹ ਇਸ ਫਿਲਮ ਲਈ ਮੈਂ ਆਪਣਾ ਵਿਆਹ ਕੰਪਰੋਮਾਈਜ਼ ਕਰ ਸਕਦਾ ਸੀਗਾ ਕਿਉਂਕਿ ਡੇਟਸ ਦਾ ਜੋ ਵੀ ਹੈਗਾ ਸੀਗਾ ਪਰ ਬਣਦਾ ਵੀ ਇਹ ਜੀ ਫਿਲਮਾਂ ਲਈ ਜੀ ਸੋ ਜਦੋਂ ਵੀ ਛੇਤੀ ਅਪਡੇਟ ਆਉਂਦੀ ਹੈ ਹਜੇ ਕੋਰਟ ਦੇ ਵਿੱਚ ਕੇਸ ਹੈ ਹਨ ਹਜੇ ਉੱਤ ਤੱਕ ਆਪਾਂ ਨਹੀਂ ਕੋਈ ਐਕਟਰ ਦੇ ਬਾਰੇ ਜ਼ਿਆਦਾ ਰਿਵੀਅੂ ਕਰ ਸਕਦਾ ਪਰ ਛੇਤੀ ਮੈਨੂੰ ਲੱਗਦਾ ਪੋਸੀਬਲ ਦੀ ਹੋਪ ਹੈਗੀ ਹੈ ਸਾਨੂੰ ਜਿੱਦ ਜਦੋਂ ਵੀ ਆਇਆ ਤਾਂ ਛੇਤੀ ਆਪਾਂ ਆਡੀਅנס ਨੂੰ ਅਪਡੇਟ ਕਰਾਂਗੇ ਵੀ ਕਦੋਂ ਦੇਖ ਸਕਦੇ ਬਿਲਕੁਲ ਜੀ ਜੀ ਤੁਸੀਂ ਕਿਹਾ ਵੀ ਇਸ ਫਿਲਮ ਤੇ ਲਈ ਕੰਪਰੋਮਾਈਜ਼ ਕਰਨਾ ਬਣਦਾ ਸੀਗਾ ਹੈਨਾ ਇਹ ਜਿਹੇ ਹੋਰ ਫਿਲਮਾਂ ਵੀ ਤੁਹਾਡੇ ਨਾਲ ਬਹੁਤ ਵਧੀਆ ਵਧੀਆ ਫਿਲਮਾਂ ਜੁੜੀਆਂ ਹੋਈਆਂ ਤੁਹਾਡੇ ਨਾਲ ਬਹੁਤ ਵਧੀਆ ਵੈਬ ਸੀਰੀਜ਼ ਜੁੜੀਆਂ ਹੋਈਆਂ ਤੁਹਾਡੇ ਰੋਲ ਜੁੜੇ ਹੋਏ ਪਰ ਕਦੀ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਵੀ ਆਹ ਇਹ ਇਹ ਜਿਹਾ ਰੋਲ ਹੈ ਇਹਦੇ ਲਈ ਮੈਂ ਸਾਰਾ ਕੁਝ ਛੱਡ ਛੜਾ ਸਕਦਾ ਸਾਰਾ ਕੁਝ ਮਤਲਬ ਵੀ ਘਰ ਜਾਣਾ ਜਾਂ ਆਪਣੇ ਡੇ ਟੂ ਡੇ ਜਿਹੜੀ ਵਰਕਿੰਗਸ ਹੁੰਦੀਆਂ ਉਹਨਾਂ ਨੂੰ ਇਹ ਹਮੇਸ਼ਾ ਹੀ ਰਿਹਾ ਮੇਰੇ ਨਾਲ ਤਾਂ ਹਮੇਸ਼ਾ ਹੀ ਰਿਹਾ ਚਾਹੇ ਕੋਈ ਵੀ ਫਿਲਮ ਹੋਵੇ ਪਤਾ ਨਹੀਂ ਮੈਂ ਜਿਆਦਾ ਦਿਲ ਤੇ ਲਾ ਜਾਂਦਾ ਮੈਨੂੰ ਤਾਂ ਇਹ ਵੀ ਸਾਨੂੰ ਮਿਲਿਆ ਤੈਨੂੰ ਹਰ ਫਿਲਮ ਹੀ ਆ ਲੱਗਦੀ ਹੈ ਕਿ ਬਿਮਾਰ ਠਮਾਰ ਕੁਝ ਵੀ ਮੈਂ ਸਭ ਭੁੱਲ ਜਾਂਦਾ ਮੈਨੂੰ ਲੱਗਦਾ ਹੁੰਦਾ ਕਿ ਇੱਕ ਡਾਕੂਮੈਂਟ ਆ ਜਿਹੜਾ ਸਾਰੀ ਉਮਰ ਲਈ ਛ ਤੇ ਮੇਰੀ ਜੋ ਮੈਂ ਸੋਚਿਆ ਸੀਗਾ ਇਸ ਇੰਡਸਟਰੀ ਚ ਆਉਣ ਤੋਂ ਪਹਿਲਾਂ ਵੀ ਕਿ ਲੋਕ ਚਾਹੇ ਮੇਰਾ ਨਾਂ ਨਾ ਜਾਣਨ ਬਟ ਫਿਲਮ ਦੇਖ ਕੇ ਅਗਲਾ ਇਹ ਮੇਰੇ ਨਾਲ 90% ਹੁੰਦਾ ਅੱਜ ਵੀ ਬਾਹਰ ਬੈਠੇ ਸੀਗੇ ਅਸੀਂ ਤੁਹਾਡੇ ਆਫਿਸ ਦੇ ਨਾ ਉਹ ਕਿ ਦੇਖਿਆ ਤਾਂ ਜ਼ਰੂਰ ਆ ਪਰ ਯਾਰ ਉਹ ਇਹਨੂੰ ਨਾਲ ਹੀ ਪਤਾ ਸੋ ਮੈਨੂੰ ਵਧੀਆ ਲੱਗਦਾ ਮੈਂ ਚਾਹੁੰਦਾ ਹੀ ਇਦਾਂ ਸੀਗਾ ਕਿ ਮੇਰੀ ਕੋਈ ਵੀ ਫਿਲਮ ਚੱਲਦੀ ਹੋਏ ਅਗਲਾ ਦੇ ਦੇਵੇ ਵੀ ਇਹ ਉਹ ਮੁੰਡਾ ਹੈ ਨਾ ਫਿਲਮ ਦਾ ਨਾਂ ਪਤਾ ਲੱਜਾਂਦਾ ਇਹ ਸੀਨ ਚੱਲਦਾ ਦੇਖ ਕੇ ਹਾਲਾਂਕਿ ਬਹੁਤ ਸਾਰੀਆਂ ਇਦਾਂ ਦੀਆਂ ਫਿਲਮਾਂ ਹੁੰਦੀਆਂ ਕਿ ਚੱਲੀ ਜਾਂਦੀਆਂ ਪਤਾ ਨਹੀਂ ਲੱਗਦਾ ਕਿਹੜੀ ਹੈ ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਫਿਲਮ 'ਚ ਥੋੜਾ ਡਿਫਰੈਂਸ ਹੋਵੇ ਹੂੰ ਉਹ ਤੁਸੀਂ ਕੀਤਾ ਵੀ ਹੈ ਤੁਹਾਡੀ ਸਾਰੀ ਰੈਪਿਟਰੀ ਦੇਖੀ ਜਾਏ ਫਿਲਮਾਂ ਦੀ ਤੇ ਸਾਰਾ ਕੁਝ ਆਡਾ ਡਾ ਪਰ ਮੈਨੂੰ ਕਿੱਸਾ ਪੰਜਾਬ ਬਹੁਤ ਖੂਬਸੂਰਤ ਲੱਗਿਆ ਮੈਨੂੰ ਆਉਂਦਾ ਵੀ ਉਹ ਰੋਲ ਜਿਹੜਾ ਸੀਗਾ ਵੈਸੇ ਤਾਂ ਤੁਸੀਂ ਹਰ ਕੈਰੈਕਟਰ ਦੀ ਆਪਾਂ ਕਹਿੰਦੇ ਨਾ ਗੈਟ ਅੰਡਰ ਦ ਸਕਿਨ ਆਫ ਦ ਕੈਰੈਕਟਰ ਉਦ ਤੱਕ ਖੂਬ ਜਾਣਦੇ ਹੋ ਤੁਸੀਂ ਪਰ ਉਹ ਇੱਕ ਖਾਸ ਮੈਨੂੰ ਫਿਲਮ ਲੱਗੀ ਸੀ ਪਰ ਕਦੀ ਜਕੀਤ ਇਦਾਂ ਹੁੰਦਾ ਆ ਆਪਾਂ ਕਰਾਂਗੇ ਥੀਏਟਰ ਦੀ ਵੀ ਗੱਲ ਵੀ ਫਿਲਮ ਚੱਲੇ ਨਾ ਚੱਲੇ ਤੁਹਾਨੂੰ ਫਰਕ ਪੈਂਦਾ ਹੁਣ ਅ ਹੁਣ ਥੋੜਾ ਜਾ ਕੇ ਜਦੋਂ ਅਸੀਂ ਮੰਡੀ 'ਚ ਆਉਨੇ ਆ ਨਾ ਕਮਰਸ਼ੀਅਲਿਜ਼ਮ 'ਚ ਫਿਰ ਥੋੜਾ ਜਿਹਾ ਮੈਨੂੰ ਲੱਗਦਾ ਫਰਕ ਪੈਣ ਲੱਗ ਜਾਂਦਾ ਤੁਸੀਂ ਇਹਨੂੰ ਮੰਡੀ ਆਖਦੇ ਆ ਮੈਂ ਹਾਂ ਮੰਡੀ ਕਹਿ ਸਕਦਾ ਇੱਕ ਨਹੀਂ ਸਹੀ ਇੱਕ ਹੁੰਦਾ ਨਾ ਆਮ ਬੰਦੇ ਲਈ ਨਾ ਇੱਕ ਮੰਡੀ ਆ ਇਹ ਕਿ ਕੰਪੀਟੀਸ਼ਨ ਆ ਨਾ ਇਹਨੂੰ ਤੁਸੀਂ ਉਹ ਇਗਨੋਰ ਨਹੀਂ ਕਰ ਸਕਦੇ ਇੱਥੇ ਉਹੀ ਚੱਲਦਾ ਜਿਹੜਾ ਵੇਚਦਾ ਨਾ ਹੂੰ ਆਪਾਂ ਐਵੇਂ ਆੜਦੀਆਂ ਗੱਲਾਂ ਕਰੀ ਜਾਵਾਂ ਮੈਂ ਬਹੁਤ ਡਾਰਕ ਐਵੇਂ ਹੈ ਨਾ ਫਿਰ ਉਹ ਫਾਇਦਾ ਨਹੀਂ ਇੱਥੇ ਫਿਲਮ ਉਹੀ ਹਿੱਟ ਮੰਨੀ ਜਾਂਦੀ ਹੈ ਜਿਹਦੇ ਬਾਕਸ ਆਫਿਸ ਕਲੈਕਸ਼ਨ ਵੱਡੀ ਹੁੰਦੀ ਹੈ ਕਿੱਸਾ ਪੰਜਾਬ ਬਹੁਤ ਸੋਹਣੀ ਫਿਲਮ ਹੈ ਉਹਦਾ ਬਾਕਸ ਆਫਿਸ ਕਲੈਕਸ਼ਨ ਕੁਝ ਵੀ ਹੈ ਨਹੀਂ ਬਟ ਮੈਂ ਐਵੇਂ ਕਹੀਆਂ ਮੈਂ ਮੇਰੇ ਦਿਲ ਦੇ ਬਹੁਤ ਨੇੜੇ ਐ ਹੈ ਵੀ ਨੇੜੇ ਐ ਪਰ ਜਦ ਤੱਕ ਉਹ ਕਮਾਈ ਨਹੀਂ ਕਰੂਗੀ ਤਾਂ ਮੈਨੂੰ ਲੱਗਦਾ ਤੁਸੀਂ ਖਤਮ ਹੋ ਜਾਓਗੇ ਫਿਰ ਹਨਾ ਤਾਂ ਫਿਰ ਮੈਨੂੰ ਲੱਗਦਾ ਇਹ ਚੀਜ਼ਾਂ ਹੁਣ ਮੈਟਰ ਕਰਦੀਆਂ ਮੇਰੇ ਲਈ ਵੀ ਪਰ ਇਹ ਸੋਚਦੇ ਹੋ ਤੁਸੀਂ ਕਿਉਂਕਿ ਇੱਕ ਥੀਏਟਰ ਦਾ ਐਕਟਰ ਜਿਹਨੇ ਇੰਨੇ ਸਾਲ ਥੀਏਟਰ ਕੀਤਾ ਹੈ ਇੱਕ ਸਲੀਕੇ ਦੇ ਨਾਲ ਉਹਨੇ ਥੀਏਟਰ ਕੀਤਾ ਆ ਉਹ ਬੰਦੇ ਨੂੰ ਲਾਈਨਾਂ ਭੁੱਲਦੀਆਂ ਨਹੀਂ ਥੀਏਟਰ ਦੇ ਤੁਸੀਂ ਹੈਗੇ ਹੋ ਲੰਬੇ ਤੋਂ ਲੰਬੀ ਜਿਹੜੀਆਂ ਡਾਇਲੌਗਸ ਨੇ ਉਹ ਤੁਸੀਂ ਯਾਦ ਕਰ ਲੈਨੇ ਹੋ ਤੁਹਾਨੂੰ ਪਤਾ ਹੈ ਕੈਮਰੇ ਦਾ ਪਤਾ ਹੈ ਸਾਰਾ ਕੁਝ ਪਤਾ ਇਹ ਜਿਹੇ ਐਕਟਰ ਅੱਜ ਦੀ ਰੇਟ 'ਚ ਜੇ ਕਹੇ ਕਿ ਵੀ ਫਿਲਮ ਜੇ ਥੇਟ ਨਾ ਨਾ ਹੋਈ ਫਿਰ ਸੋਚਣਾ ਪੈਂਦਾ ਇਤਰਾਸ ਦੀ ਨਹੀਂ ਹੈਗੀ ਫਿਲਮਾਂ ਲਈ ਮੈਨੂੰ ਲੱਗਦਾ ਜੇ ਤੁਸੀਂ ਲੀਡ ਤੇ ਕੰਮ ਕਰਨਾ ਸਮ ਟਾਈਮ 'ਚ ਤੁਹਾਡੇ ਨਾਂ ਨੂੰ ਲੋਕ ਵੜਦੇ ਆ ਨਾ ਬਹੁਤ ਸਾਰੇ ਐਕਟਰ ਨੇ ਪੰਜਾਬੀ 'ਚ ਲੈ ਲਓ ਹਿੰਦੀ 'ਚ ਲੈ ਲਓ ਕਿ ਉਦੇ ਨਾਲ سپورਟਿੰਗ ਕਾਸਟਿੰਗ ਜਿਹੜੀ ਕਾਸਟ ਹੁੰਦੀ ਹੈ ਬਹੁਤ ਸਟਰੋਂਗ ਹੁੰਦੀ ਹੈ ਨਾ ਪਰ ਮੇਨ ਦਾ ਪਤਾ ਨਹੀਂ ਹੁੰਦਾ ਕਈ ਵਾਰੀ ਵੀ ਕੌਣ ਹੁੰਦਾ ਕਈ ਹੁੰਦੇ ਆ ਕਿ ਮੇਨ ਹੀ ਦੇਖਣਾ ਬਾਕੀ ਜੋ ਮਰਜ਼ੀ ਹੋਵੇ ਜੇ ਤੁਸੀਂ ਉੱਥੇ ਤੱਕ ਪਹੁੰਚਣਾ ਬਹੁਤ ਸਾਰੇ ਥੀਏਟਰ ਆਰਟਿਸਟ ਨੇ ਮੈਨੂੰ ਲੱਗਦਾ ਕਿ ਜਦੋਂ ਮੈਂ ਐਨਐਸਡੀ ਦਾ ਇੰਟਰਵਿਊ ਦੇਣ ਗਿਆ ਸੀ ਸੇਮ ਇਹ ਗੱਲ ਹੋਈ ਸੀਗੀ ਉਹਨਾਂ ਨੇ ਮੈਨੂੰ ਪੁੱਛਿਆ ਤੂੰ ਕੀ ਕਰੇਗਾ ਮੈਂ ਮੈਂ ਹੀਰੋ ਬਣੂੰਗਾ ਤੇ ਉਹ ਕਹਿੰਦੇ ਲੈ ਵੀ ਇਹ ਤਾਂ ਥੀਏਟਰ ਲਈ ਆ ਐਨਐਸਡੀ ਤਾਂ ਤੇਰੇ ਲਈ ਤਾਂ ਹੈ ਹੀ ਨਹੀਂ ਮੈਂ ਕਿਹਾ ਫਿਰ ਮੈਂ ਚਾਹੁੰਦਾ ਕਿ ਐਨਐਸਡੀ ਪ੍ਰਾਊਡ ਕਰੇ ਕਿ ਉਹਨਾਂ ਦਾ ਇੱਕ ਐਕਟਰ ਹੀਰੋ ਬਣੇ ਕਿ ਮੈਂ ਇਦਾਂ ਸੋਚਣਾ ਚਾਹੁੰਦਾ ਮੈਂ ਧਾਰਨਾ ਤੋੜਨੀ ਚਾਹੁੰਦਾ ਕਿ ਥੀਏਟਰ ਵਾਲੇ ਸਿਰਫ ਪਿੱਲਰ ਹੀ ਨਾ ਰਹਿ ਜਾਣ ਜਿਨ੍ਹਾਂ ਦੇ ਸਿਰ ਤੇ ਫਿਲਮ ਖੜੀ ਰਹਿੰਦੀ ਉਹ ਮੇਨ ਲੀਡ ਤੇ ਵੀ ਆਉਣ ਆ ਕੇ ਮੈਂ ਉਹ ਬ੍ਰੇਕ ਕਰਨਾ ਚਾਹੁੰਦਾ ਹਾਲਾ ਕਿ ਨਹੀਂ ਸੋਚਣਾ ਚਾਹੀਦਾ ਪਰ ਮੈਨੂੰ ਲੱਗਦਾ ਜੇ ਸੋਚ ਵੀ ਲਵਾਂਗੇ ਤਾਂ ਕੋਈ ਨੁਕਸਾਨ ਨਹੀਂ ਜੇ ਕੱਲ ਨੂੰ ਇੱਕ ਅੱਧੀ ਹਿੱਟ ਹੋ ਗਈ ਤਾਂ ਫਿਰ ਮੈਨੂੰ ਲੱਗਦਾ ਉਹੀ ਚੀਜ਼ਾਂ ਬਦਲ ਜਾਣੀਆਂ ਮੈਂ ਚਾਹਣਾ ਕਿ ਹੁਣ ਹੀਰੋ ਦੇ ਨਾਮ ਨਾਲ ਵੀ ਜਾਣਣ ਬਹੁਤ ਆਰਟਿਸਟ ਵੀ ਬਹੁਤ ਕਰ ਲਿਆ 15 ਸਾਲ ਹੋ ਗਏ ਸਾਨੂੰ ਆਰਟਿਸਟਿਕ ਸੋਚਦੇ ਨੇ ਕਿ ਹੁਣ ਥੋੜਾ ਜਿਹਾ ਕਮਰਸ਼ੀਅਲ ਵੀ ਸੋਚੀ ਹੈ ਨਾ ਇੱਕ ਅੱਧੀ ਫਿਲਮ ਉਹ ਵੀ ਕਰਕੇ ਦੇਖੀ ਜਿਹਦੇ ਫਿਗਰ ਜ਼ਿਆਦਾ ਹੋਣ ਹਨਾ ਤੇ ਫਿਰ ਉਹਦੇ ਨਾਲ ਦੇਖਦੇ ਆ ਕੀ ਫਰਕ ਪੈਂਦਾ ਥੈਟਸ ਵਾਈ ਮੈਂ ਬਹੁਤ ਗੈਪ ਆਇਆ ਸੁਫਨਾ ਤੋਂ ਬਾਅਦ ਮੈਂ ਕੋਈ ਫਿਲਮ ਨਹੀਂ ਕੀਤੀ ਹਾਂ ਸੁਫਨਾ ਤੋਂ ਬਾਅਦ ਤੂਫਾਂਗ ਆਈ ਤੂਫਾਂਗ ਮੈਂ ਇਹ 3 ਸਾਲ ਮੈਂ ਹੀ ਸਿੱਖਿਆ ਕਿ ਫਿਲਮ ਕਿਦਾਂ ਪ੍ਰੋਡਿਊਸ ਕਰਨੀ ਹੈ ਕਿਵੇਂ ਚਰਚਾ ਚਾਉਣਾ ਹੈ ਕਿ ਇਹ ਚੀਜ਼ਾਂ ਤੇ ਮੈਂ ਬਹੁਤ ਵਰਕ ਕਰਿਆ ਕਿ ਮੈਨੂੰ ਲੱਗਦਾ ਇਹ ਮੇਰੇ ਵਿੱਚ ਕਮੀ ਕਿ ਐਵੇਂ ਨਾ ਹੋਵੇ ਫਿਰ ساری ਉਮਰ ਦੋਸਤ ਹੀ ਬਣੇ ਰਹੀਏ ਹਨਾ سپورਟਿੰਗ ਹੀ ਰਹੀਏ ਜੇ ਅੱਗੇ ਆਉਣਾ ਤਾਂ ਤੁਹਾਨੂੰ ਇੱਕ ਸਟੈਪ ਅੱਗੇ ਸੋਚਣਾ ਪੈਂਦਾ ਹੈ ਬੋਕ ਮਾਰ ਗਿਆ ਪ੍ਰਜਕ ਜੀ ਇੱਥੇ ਮੈਨੂੰ ਗੱਲ ਇਹ ਮਨੋਜ ਬਾਜਪਈ ਪੰਕਜ ਰਿਪਾਟੀ ਵੀ ਆਉਂਦੀ ਹੈ ਥੀਏਟਰ ਦੇ ਉਹ ਵੀ ਹੈਗੇ ਹਨਾ ਉਹਨਾਂ ਨੇ ਕਿਹਾ ਸੀ ਹੀਰੋ ਤੇ ਐਕਟਰ ਚ ਬਹੁਤ ਫਰਕ ਹੁੰਦਾ ਹੈ ਹਨਾ ਮੈਂ ਹੀਰੋ ਪਲੱਸ ਐਕਟਰ ਦੋਨੇ ਬੰਦੇ ਚ ਹਾਂ ਉਹਨਾਂ ਨੇ ਇਹ ਮੇਰੀ ਕਲੈਰਟੀ ਹੈ ਕਿ ਮੈਨੂੰ ਜਦੋਂ ਦੇਖਣ ਲੋਕ ਹਨਾ ਜੇ ਕੋਈ 18 ਸਾਲ ਦਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਹਾਂ ਕਿ ਡੈਪਥ ਵਾਲੇ ਸੋਚਦੇ ਆ 30 ਪਲੱਸ ਵਾਲੇ ਤੇ ਮੈਂ ਉਹਨਾਂ ਨੂੰ ਵੀ ਫੜਨਾ ਚਾਹੁੰਦਾ ਕਿ ਉਹ ਮੈਨੂੰ ਚਾਹੇ ਹੀਰੋ ਕਹਿ ਲੈਣ 30 ਵਾਲਿਆਂ ਲਈ ਜਿਹੜੇ ਜਿਹੜੇ ਆਪਣੇ ਫੀਲਡ ਦੇ ਬੰਦੇ ਆ ਉਹ ਇਹਨੂੰ ਐਕਟਰ ਕਹਿ ਲੈਣ ਸਮਝ ਲੈਣਾ ਨਾ ਤੇ ਦੋਵਾਂ ਦਾ ਇੱਕ ਕੰਬੀਨੇਸ਼ਨ ਜਿਹੜਾ ਬਣ ਕੇ ਆਵੇ ਮੈਂ ਉਹ ਚਾਹੁੰਦਾ ਕਿ ਉਹਦਾਂ ਦਾ ਬਣੀਏ ਕੁਝ ਜੀ ਪਰ ਉਹ ਜਿਹੜਾ ਤੁਹਾਡੀ ਜਰਨੀ ਸੀਗੀ ਫ੍ਰੋਮ ਸਿਰਫ ਇੱਕ ਦੋਸਤ ਰੌਕੀ ਮੈਂਟਲ ਹੋ ਗਿਆ ਰੁਪਿੰਦਰ ਗਾਂਧੀ ਇੱਕ ਦੋਸਤ ਤੋਂ ਲੈ ਕੇ ਇੱਕ ਇਹ ਜਿਹਾ ਐਕਟਰ ਜਿਹਨੂੰ ਉੱਠ ਕੇ ਪਤਾਲ ਲੋਕ ਹੋਗੀ ਲੀਲਾ ਹੋਗੀ ਜਾਂ ਬਾਕੀ ਫਿਲਮਾਂ 'ਚ ਅਸੀਂ ਦੇਖਿਆ ਤੇ ਹੁਣ ਅਸੀਂ ਕਹਿੰਦੇ ਆ ਆ ਜਗਜੀਤ ਸੰਧੂ ਆ ਉਹ ਜਿਹੜਾ ट्रांजिशन ਸੀਗਾ ਉਹ ਤੁਹਾਡੇ ਲਈ ਸੌਖਾ ਸੀਗਾ ਕਿਉਂਕਿ ਇੱਕ ਦੋਸਤ ਨਾ ਇੱਥੇ ਇੱਕ ਟਾਈਪ ਕਾਸਟ ਹੋ ਜਾਂਦਾ ਉਹ ਦੋਸਤੀ ਬਣ ਕੇ ਰਹਿ ਜਾਂਦਾ ਹਰ ਫਿਲਮ ਚ ਹੀਰੋ ਦਾ ਪਰ ਤੁਸੀਂ ਇਸ ਚੀਜ਼ ਨੂੰ ਦੇਖਿਆ ਸਮਝਿਆ ਪਰਖਿਆ ਤੇ ਉਸ ਵੱਲ ਮੂਵ ਕੀਤੇ ਉਹ ट्रांजिशन इजी ਸੀ ਇੰਡਸਟਰੀ ਚ ਪੰਜਾਬੀ ਇੰਡਸਟਰੀ ਇਹ ਬਹੁਤ ਹੱਦ ਤੱਕ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਜੇ ਤਾਂ ਪੈਸੇ ਤੁਹਾਨੂੰ ਵਧੀਆ ਮਿਲ ਰਿਹਾ ਤੁਹਾਨੂੰ ਕਹੇ ਦੋਸਤੀ ਠੀਕ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਬਹੁਤ ਸਾਰੇ ਆਰਟਿਸਟ ਇਦਾਂ ਦੇ ਹੁੰਦੇ ਆ ਜਿਹੜੇ ਪਿਛਲੀ ਉਮਰ ਜਾ ਕੇ ਉਹਨਾਂ ਨੂੰ ਮਿਲਦੀ ਹੈ ਨਾ ਮੌਕਾ ਮਿਲਦਾ ਤਾਂ ਫਿਰ ਉਹਨਾਂ ਨੂੰ ਲੱਗਦਾ ਯਾਰ ਹੁਣ ਪੈਸੇ ਇਕੱਠੇ ਕਰ ਲਈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਕੋਲ ਸਾਰੀ ਉਮਰ ਪਈ ਹੈ ਮੈਨੂੰ ਲੱਗਦਾ ਕਿ ਜੇ ਰੱਬ ਦੀ ਕਿਰਪਾ ਨਾਲ ਸਾਡੀ ਪਹਿਲੀ ਫਿਲਮ ਹੀ ਗਾਂਧੀ ਹਿੱਟ ਹੋ ਗਈ ਉਤੋਂ ਕਰੈਕਟਰ ਹਾਂ ਬਹੁਤ ਜ਼ਿਆਦਾ ਹਿੱਟ ਹੋ ਗਿਆ ਤਾਂ ਮੈਨੂੰ ਲੱਗਿਆ ਮੇਰੇ ਕੋਲ ਬਹੁਤ ਉਮਰ ਪਈ ਹੈ ਐਵੇਂ ਟਾਈਮ ਦੇ ਨਾਲ 5-7 ਸਾਲ ਦੇ ਵਿਲੇ ਹੋ ਜਾਣਗੇ ਤੇ ਫਿਰ ਫਿਰ ਉਸ ਤੋਂ ਬਾਅਦ ਕੀ ਕਰਾਂਗੇ ਸੋ 우ਮਿੰਦਰ ਸਰ ਤੁਸੀਂ ਜਾਣਦੇ ਹੋਵੋਗੇ ਸਾਡੇ ਡਿਪਾਰਟਮੈਂਟ ਦੇ ਨਾ ਉਹਨਾਂ ਨੇ ਇੱਕ ਗੱਲ ਕਹੀ ਸੀ ਜੇ ਤੁਹਾਡੀ ਕਿਸਮਤ ਵਿੱਚ ਵੀ 50 ਫਿਲਮਾਂ ਲਿਖੀਆਂ ਜਾਂ ਤਾਂ ਉਹ ਤੁਸੀਂ 2 ਸਾਲਾਂ 'ਚ ਕਰ ਲਓ 3 ਸਾਲਾਂ 'ਚ ਕਰ ਲਓ ਜਾਂ ਫਿਰ ਉਹਨੂੰ ਕੈਰੀਅਰ 30 ਸਾਲਾਂ 'ਚ ਕਰ ਲਓ ਕਿ ਲੋਕ ਕਹਿੰਨ ਕਿ ਇੱਕੋ ਫਿਲਮ ਔਣੀ ਐ ਇਸ ਬੰਦੇ ਦੀ ਅਸੀਂ ਉਹ ਦੇਖਣੀ ਦੇਖਣੀ ਤਾਂ ਫਿਰ ਮੈਨੂੰ ਲੱਗਿਆ ਉਹ ਜ਼ਿਆਦਾ ਵਧੀਆ ਆਪਸ਼ਨ ਹੈ ਜਗਜੀ ਤਾਂ ਥੀਏਟਰ ਵਾਲੇ ਆਪਣੇ ਆਪ ਨੂੰ ਕਿਸੇ ਹੱਦ ਤੱਕ ਸੁਪੀਰੀਅਰ ਸਮਝਦੇ ਨੇ ਸਮਝਦੇ ਆ ਪਰ ਸਮਝਣਾ ਚਾਹੀਦਾ ਵੀ ਹੈ ਵੈਸੇ ਮੈਂ ਇਹ ਕਹਾਂ ਜ਼ਰੂਰ ਪਰ ਮੈਨੂੰ ਲੱਗਦਾ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਆ ਉਸ ਜ਼ੋਨ ਚ ਰਹਿ ਕੇ ਨਾ ਫਨ ਕਰਨਾ ਭੁੱਲ ਜਾਂਦੇ ਆ ਨਾ ਜਾਣ ਬੁੱਝ ਕੇ ਐਂ ਜਿ ਰਹਿ ਲੱਗ ਜਾਂਦੇ ਆ ਫੋਕਸ ਜੇ ਨਾ ਕਿ ਕਈ ਹੱਸ ਵੀ ਲੈਣਾ ਚਾਹੀਦਾ ਯਾਰ ਹਨਾ ਥੀਏਟਰ ਵਾਲੇ ਇਦਾਂ ਨਹੀਂ ਕਰਦੇ ਇਹ ਕਿਉਂ ਇਹਨਾਂ ਦਾ ਬਣਿਆ ਹੋਇਆ ਕਿ ਇਹਨਾਂ ਨੇ ਗਰੀਬੀ ਨੂੰ ਮਤਲਬ ਐ ਜੱਫੀ ਪਾਈ ਹੋਈ ਹੈ ਹਨਾ ਉਹ ਝੋਲਾ ਜਾ ਪਾ ਕੇ ਖੱਦਰ ਦੇ ਕੁਰਤੇ ਹਨਾ ਐਨਐਸਡੀ ਫੇਰ ਉਹੀ ਗੱਲ ਆ ਗਈ ਇੰਟਰਵਿਊ ਚ ਨੀਲਮ ਮੈਮ ਨੂੰ ਬਹੁਤ ਸੋਹਣੀ ਗੱਲ ਲੱਗੀ ਸੀ ਤਮੈ ਕਾ ਜ ਮੈਂ ਨਹੀਂ ਚਾਹੁੰਦਾ ਕਿ ਮੈਂ ਕਦਰ ਦੇ ਕੁਰਤੇ ਪਾ ਕੇ ਸੈਟ ਤੇ ਝੋਲਾ ਲਮਕਾ ਕੇ ਇੱਥੇ ਮੈਂ ਸਿੱਟਾ 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 ਬੁੱਕ ਦਾ ਫੇਰਾ ਤੋਰ ਮੈਂ ਕਹਾਂ ਯਾਰ ਉਸਨੇ ਅੱਛਾ ਕੰਮ ਨਹੀਂ ਕੀਤਾ ਇਹਦੇ ਨਾਲੋਂ ਚੰਗਾ ਤਾਂ ਮੈਂ ਹੈ ਮੈਂ ਗੁੱਡ ਲੁੱਕ ਬਣਾ ਹੈ ਨਾ ਸੋਹਣਾ ਸੁਨੱਖਾ ਬਣਾ ਜੇ ਕੋਈ ਇੱਕ ਥੀਏਟਰ ਵਾਲਾ ਸੋਹਣਾ ਸੁਨੱਖਾ ਵੀ ਹੋ ਸਕਦਾ ਯਾਰ ਉਹਨੂੰ ਆਪਣੀ ਬਾਡੀ ਤੇ ਵੀ ਕੰਮ ਕਰਨਾ ਚਾਹੀਦਾ ਐ ਨਹੀਂ ਵੀ ਢਿੱਡ ਗੱਡੇ ਹੋਏ ਨੇ ਤੇ ਆਛਾ ਮੈਂ ਤਾਂ ਥੀਏਟਰ ਹੀ ਕਰ ਸਕਦਾ ਹਾਂ ਨਾ ਥੀਏਟਰ ਵਾਲੀ ਕੋ ਗੱਡੀ ਵੀ ਹੋ ਸਕਦੀ ਗੱਡੀ ਵੀ ਹੋ ਸਕਦੀ ਹੈ ਫੋਨ ਵੀ ਹੋ ਸਕਦਾ ਸਭ ਕੁਝ ਹੋ ਸਕਦਾ ਤੇ ਉਹ ਵਧੀਆ ਵੀ ਲੱਗਦਾ ਤਾਂ ਤਾਂ ਹੈ ਨਹੀਂ ਉਹ ਉਹ ਕੀ ਹੁੰਦਾ ਜਦੋਂ ਨਵੇਂ-ਨਵੇਂ ਆਉਂਦੇ ਆ ਨਾ ਥੀਏਟਰ 'ਚ ਉਹਨਾਂ ਨੂੰ ਇਦਾਂ ਦੇ ਲੋਕ ਮਿਲਦੇ ਆ ਥੋੜੇ ਜਿਹਾ ਡਾਰਕ ਜੀਆਂ ਚੀਜ਼ਾਂ ਨਹੀਂ ਆ ਪਸੰਦ ਕਰਦੇ ਆ ਲੋਕ ਇਦਾਂ ਦੀਆਂ ਫਿਲਮਾਂ ਜਿਹੜੇ ਜਿਹੜੀਆਂ ਤੁਸੀਂ ਕਦੇ ਸੁਣਿਆ ਹੀ ਨਹੀਂ ਹੁੰਦੀਆਂ ਅਸੀਂ ਵੀ ਦੇਖੀ ਆ ਪਰ ਮੈਂ ਕਦੇ ਦਿਲ ਤੇ ਨਹੀਂ ਲਾਈਆਂ ਮੈਂ ਵੀ ਮੰਟੋ ਪੜਿਆ ਸਾਰਾ ਕੁਝ ਪੜਿਆ ਅਸੀਂ ਹਨਾ ਜੋ ਵੀ ਇੱਕ ਥੀਏਟਰ ਵਾਲੇ ਨੂੰ ਇਹ ਕੋਮਨ ਚੀਜ਼ਾਂ ਨੇ ਹਨਾ ਤੇ ਹਰ ਤੁਸੀਂ ਰਾਈਟਰ ਪੜਦੇ ਹੋ ਪਰ ਮੈਂ ਕਦੇ ਦਿਲ ਤੇ ਨਹੀਂ ਲਾਇਆ ਕਿਉਂਕਿ ਐ ਹੁੰਦਾ ਫਿਰ ਜਦੋਂ ਥੋੜੇ ਤੇ ਪ੍ਰਭਾਵ ਪੈਣ ਲੱਗ ਜੇ ਹਨਾ ਹੁਣ ਉਹ ਸ਼ੋਵੀ ਪੜਿਆ ਬਹੁਤ ਹਨਾ ਆਪਣੇ ਸਰਕਲ ਤਾਂ ਹੁੰਦੇ ਹੀ ਐਦਾਂ ਦੇ ਸਾਰੇ ਪਰ ਮੈਨੂੰ ਲੱਗਦਾ ਯਾਰ ਜ਼ਿੰਦਗੀ ਓਵੇਂ ਨਾ ਹੋ ਜਾਏ ਕਿ ਮੈਂ ਇਹਦੇ ਮਗਰ ਲੱਗ ਕੇ ਮੈਂ ਵੀ ਮੈਂ ਵੀ ਉਸਿਆਣੀਆਂ ਜੀਆਂ ਗੱਲਾਂ ਕਰਨ ਲੱਗ ਜਾ ਕਈ ਵਾਰੀ ਫਨ ਕਰੋ ਜ਼ਿੰਦਗੀ ਹਨਾ ਪਰ ਉਹ ਸਭ ਨੂੰ ਪਰ ਜੋ ਤੁਹਾਡਾ ਦਿਲ ਕਹਿੰਦਾ ਉਹ ਕਰੋ ਉਸੋ ਦੀ ਕੋਈ ਫਨ ਗੱਲ ਉਹਦੇ ਤਾਂ ਬਹੁਤ ਫਾਨੀ ਗੱਲਾਂ ਓਬਵੀਅਸਲੀ ਸਾਰੀਆਂ ਹਨਾ ਪਰ ਐਕਟਿੰਗ ਨੂੰ ਲੈ ਕੇ ਜਿਹੜੀ ਉਹਦੀ ਸਭ ਤੋਂ ਵੱਡੀ ਗੱਲ ਹੈ ਕਿ ਐਕਟਿੰਗ ਇਦਾਂ ਕਰੋ ਕਿ ਜਿਵੇਂ ਜ਼ਿੰਦਗੀ ਜੀ ਰਹੇ ਕਿ ਜ਼ਿੰਦਗੀਆਂ ਐਵੇਂ ਜਿਉ ਜੋ ਜਿਵੇਂ ਐਕਟਿੰਗ ਕਰ ਰਹੇ ਹੋ ਨਾ ਤੇ ਮੈਨੂੰ ਉਹ ਬਹੁਤ ਵਧੀਆ ਲੱਗਾਂ ਹਾਲਾਂਕਿ ਬਹੁਤ ਡੈਫੀਨੇਸ਼ਨ ਨੇ ਐਕਟਿੰਗ ਜੀ ਪਰ ਉਹਦੀਆਂ ਹੋਰ ਗੱਲਾਂ ਵੀ ਬਹੁਤ ਸੋਹਣੀਆਂ ਲੱਗਦੀਆਂ ਕਿ ਸਭ ਤੋਂ ਵਧੀਆ ਉਹਦੀ ਗੱਲ ਕਿ ਧਰਮ ਨੂੰ ਮੰਨਣ ਦੀ ਬਜਾਏ ਸਮਝਣਾ ਬਹੁਤ ਜ਼ਰੂਰੀ ਹੈ ਬਿਲਕੁਲ ਸੋ ਮੈਨੂੰ ਲੱਗਦਾ ਕੁਝ ਕੁਝ ਚੀਜ਼ਾਂ ਜਿਹੜੀਆਂ ਸੋਹਣੀਆਂ ਉਹ ਗੈਦਰ ਕਰ ਲੋ ਹਨ ਤੇ ਉਸ ਤੋਂ ਬਾਅਦ ਕਿਤੇ ਮੋੜ ਤੇ ਕੰਮ ਆ ਜਾਣਾ ਐ ਨਹੀਂ ਵੀ ਉਵੇਂ ਹੀ ਬਣ ਜਾਓ ਹਾਂ ਪਰ ਇੰਜੋਏ ਵੀ ਕਰੋ ਨਾ ਲਾਈਫ ਨੂੰ ਇੰਜੋਏ ਵੀ ਕਰਨਾ ਚਾਹੀਦਾ ਇਹ ਬਿਲਕੁਲ ਇੱਕ ਡਿਫਰੈਂਟ ਤਰੀਕੇ ਦੇ ਥੀਏਟਰ ਐਕਟਰ ਨੇ ਜਿਹੜੇ ਐਕਟਰ ਹੀਰੋ ਨੇ ਜਿਹੜੇ ਲਾਈਫ ਨੂੰ ਇੰਜੋਏ ਕਰਦੇ ਨੇ ਸੋ ਜੇ ਤੁਸੀਂ ਕਦੀ ਥੀਏਟਰ ਵਾਲਿਆਂ ਨੂੰ ਦੇਖੋ ਨਾ ਤੇ ਉਹਨਾਂ ਦਾ ਇੱਕ ਇੱਕ ਉਹ ਬਣਿਆ ਹੋਇਆ ਇਮੇਜ ਹੈਗੀ ਹੈ ਸਾਡੀ ਮਾਈਂਡ 'ਚ ਤੇ ਜਗਜੀਤ ਨੇ ਆ ਕੇ ਉਹਨੂੰ ਬ੍ਰੇਕ ਕੀਤੀ ਬਾਲੀਵੁੱਡ 'ਚ ਜਾ ਕੇ ਇਹ ਕੌਨਸ਼ੀਅਸਲੀ ਐਫਰਟ अपॉन ਨੇ ਉਹ ਜਾ ਕੇ ਕੋਈ ਤੁਹਾਡੀ ਗੱਲਬਾਤ ਹੁੰਦੀ ਹੈ ਰਾਈਟਰ ਦੇ ਨਾਲ ਭਾਈ ਮੈਂ ਮੇਰਾ ਰੋਲ ਨਾ ਉਦਾਂ ਦਾ ਕੁਝ ਨਹੀਂ ਹੁੰਦਾ ਉੱਥੇ ਪਹਿਲੀ ਗੱਲ ਤਾਂ ਸਭ ਤੋਂ ਮੈਨੂੰ ਬੈਸਟ ਚੀਜ਼ ਲੱਗਦੀ ਹੈ ਉੱਥੇ ਆਡੀਸ਼ਨਸ ਆਉਂਦੇ ਆ ਪਹਿਲਾਂ ਚਾਹੇ ਤੁਸੀਂ ਜਿੱਡੇ ਮਰਜੀ ਸਟਾਰ ਹੋ ਅੱਜ ਦੀ ਡੇਟ ਤਾਂ ਜਦੋਂ ਮੈਨੂੰ ਆਡੀਸ਼ਨ ਆਉਂਦੇ ਆ ਤਾਂ ਮੈਨੂੰ ਉੱਥੇ ਪਤਾ ਲਾ ਜਾਂਦਾ ਵੀ ਆਹ ਤਾਂ ਮੇਰਾ ਬਈ ਉਹਦੇ ਤੇ ਮੈਂ ਸ਼ਿੱਦਤ ਲਾ ਦਿੰਦਾ ਵੀ ਉਹ ਜਾਂ ਤਾਂ ਮੇਰੀ ਪਸੰਦੀਦਾ ਕਰੈਕਟਰ ਚ ਹੁੰਦਾ ਫਿਰ ਉੱਤੇ ਮੈਂ ਸ਼ਿੱਦਤ ਲਾ ਦਿੰਦਾ ਫਿਰ ਉਹਨਾਂ ਤੋਂ ਜਵਾਬ ਵੀ ਨਹੀਂ ਦਿੱਤਾ ਜਾਂਦਾ ਸੋ ਪਤਾਲ ਲੋਕ ਦਾ ਜਦੋਂ ਚਾਕੂ ਆਇਆ ਸੀ ਕਰੈਕਟਰ ਹਨਾ ਤਾਂ ਉਹਨਾਂ ਨੇ ਕਮਾਲ ਦੀ ਉਹ ਭੇਜੀ ਸੀਗੀ ਲਿਖ ਕੇ ਸਾਰਾ ਕੁਝ ਵੀ ਇਦਾਂ ਇਦਾਂ ਕਰੈਕਟਰ ਆ ਸਾਰਾ ਸਨੋਪਸਿਸ ਅੱਛਾ ਤਾਂ ਮੈਂ ਕਿਹਾ ਯਾਰ ਇਹ ਤਾਂ ਮੇਰਾ ਹੈ ਬਈ ਉੱਤੇ ਮੈਂ ਪੂਰੀ ਸ਼ਿੱਦਤ ਨਾਲ ਆਡੀਸ਼ਨ ਬਣਾਇਆ ਅੱਜ ਵੀ ਮੈਨੂੰ ਜਦੋਂ ਮੈਂ ਬੰਬੇ ਉਹਨਾਂ ਨੇ ਸੱਦਿਆ ਮੈਨੂੰ ਤੁਮ ਇਨੋਂ ਉਹੀ ਕਿਹਾ ਕਿ ਯਾਰ ਮੈਂ ਤੇਰਾ ਆਡੀਸ਼ਨ ਬਣਾਉਣ ਦਾ ਸਾਨੂੰ ਸਟਾਈਲ ਬਹੁਤ ਸੋਹਣਾ ਲੱਗਿਆ। ਅੱਛਾ ਆਡੀਸ਼ਨ ਬਣਾ ਕੇ ਵੀਡੀਓ ਤੁਸੀਂ ਉਹਨਾਂ ਨੂੰ ਭੇਜ ਦਿਓ। ਹਾਂਜੀ ਉੱਥੇ ਹੀ ਭੇਜ ਦਾਂ ਮੈਂ ਪੰਜਾਬ ਚੋਂ ਮੈਂ ਉੱਥੇ ਜਾ ਕੇ ਨਹੀਂ ਮਿਲਦਾ ਉਹਨਾਂ ਨੂੰ। ਓਕੇ ਮੈਂ ਸ਼ੂਟ ਕਰਕੇ ਭੇਜ ਦਿੰਦਾ। ਬਕਾਇਦਾ ਅਸੀਂ ਘਰੇ ਲਾਈਟਰ ਰੱਖੀਆਂ ਹੋਈਆਂ ਆ ਆਡੀਸ਼ਨ ਵਾਸਤੇ। ਅੱਛਾ ਸੋ ਐਂ ਡਿਪਲੋਮੈਟ ਦਾ ਵੀ ਐਂ ਹੋਇਆ। ਹਾਂ ਡਿਪਲੋਮੈਟ ਬਾਰੇ ਦੱਸਿਓ। ਡਿਪਲੋਮੈਟ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਅ ਇੰਡੀਆ ਦੇ ਵਿੱਚ ਆਲ ਓਵਰ ਦ ਵਰਡ ਇਨ ਆਲ ਓਵਰ ਦ ਵਰਡ 2024 ਹੂੰ ਸੋ ਉਹਦੇ ਚ ਵੀ ਬਹੁਤ ਸੋਹ ਨੇਗੇਟਿਵ ਕਰੈਕਟਰ ਮੈਂ ਕਰਨਾ ਚਾਹੁੰਦਾ ਸੀਗਾ ਕਿ ਕੋਈ ਏਦਾਂ ਦਾ ਆਵੇ ਸੋ ਇਧਰ ਨਹੀਂ ਸੀ ਮੌਕਾ ਮਿਲ ਰਿਹਾ ਹਜੇ ਹਾਲਾਂਕਿ ਤੂਫਾਂਗ ਚ ਮਿਲ ਗਿਆ ਉਹ ਪਹਿਲਾਂ ਰਿਲੀਜ਼ ਹੋਗੀ ਪਰ ਇਹ ਇਕੱਠੀਆਂ ਹੀ ਸ਼ੂਟ ਹੋਈਆਂ ਉਹ ਹਿੰਦੀ ਫਿਲਮ ਨੂੰ ਥੋੜਾ ਟਾਈਮ ਲੱਗ ਜਾਂਦਾ ਤਾਂ ਉਹ 11 ਜਨਵਰੀ ਨੂੰ ਆਊਗੀ ਉਹ ਵੀ ਬਹੁਤ ਸੋਹਣੀ ਫਿਲਮ ਹੈ ਤੇ ਉਸ ਤੋਂ ਮੈਨੂੰ ਬੜੀਆਂ ਉਮੀਦਾਂ ਨੇ ਕਿ ਕਿ ਇੱਕ ਸਟੈਪ ਮੈਂ ਹਿੰਦੀ ਫਿਲਮ ਇੰਡਸਟਰੀ ਚ ਅੱਗੇ ਜਾ ਸਕਾਂ ਰਾਈਟ ਪਰ ਤੁਹਾਨੂੰ ਲੱਗਦਾ ਇਹ OTT ਔਰ ਵੈਬ ਸੀਰੀਜ਼ ਇੱਕ ਆਈਡੀਅਲ ਪਲੇਟਫਾਰਮ ਹੈ ਐਕਟਰਸ ਥੋੜੇ ਵਰਗੇ ਐਕਟਰਸ ਲਈ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੈ ਪਿੱਛੇ ਉਹਨਾਂ ਦੇ ਆਪਾਂ ਕਹੀਏ ਥੀਏਟਰ ਦਾ ਕੰਮ ਕੀਤਾ ਫਿਲਮਾਂ ਕੀਤੀਆਂ ਸੋ OTT ਇੱਕ ਇਕੁਅਲ ਜਿਹੜੀ ਹੈ ਸਪਰੈਡ ਆਊਟ ਦਿੰਦੀ ਹੈ ਸਾਰੇ ਐਕਟਰਸ ਨੂੰ ਵੈਬ ਸੀਰੀਜ਼ ਵੀ ਜਿਹੜੀ ਇੱਕ ਫਿਲਮਾਂ ਕਮਰਸ਼ੀਅਲ ਫਿਲਮਾਂ ਜਿੱਦਾਂ ਕਰਨ ਜੋ ਹਰ ਵਰਗੇ ਬਣਾਉਂਦੇ ਨੇ ਉਹ ਇੱਕ ਇੱਕ ਮੇਨ ਐਕਟਰ ਨੂੰ ਧਿਆਨ ਚ ਰੱਖ ਕੇ ਬਣਾਈ ਜਾਂਦੀ ਹੈ ਵੈਬ ਸੀਰੀਜ਼ ਸਾਰਿਆਂ ਨੇ ਇਕੁਅਲ ਡਿਵੀਜ਼ਨ ਦਿੰਦੀ ਹੈ ਹੂੰ ਸਮਾਂ ਬਦਲ ਗਿਆ ਹੈ ਮੈਨੂੰ ਲੱਗਦਾ ਵੈਬ ਸੀਰੀਜ਼ ਤਾਂ ਵਾਰੀ ਹੈ ਕਿਵੇਂ ਗਰੁੱਪ ਚ ਬੈਠੇ ਆ ਤੁਸੀਂ 12 ਜਾਣੇ ਨਾ ਸਭ ਨੂੰ ਮੌਕਾ ਮਿਲਦਾ ਆਪਣੀ ਕਲਾ ਦੇ ਜੋਰ ਦਿਖਾਉਣ ਦਾ ਰਾਈਟਰਸ ਨੂੰ ਵੀ ਡਾਇਰੈਕਟਰ ਨੂੰ ਵੀ ਫਿਲਮਾਂ ਚ ਇਹ ਨਹੀਂ ਮੌਕਾ ਮੁੰਦਾ 2 ਘੰਟੇ ਚ ਤੁਸੀਂ ਨਹੀਂ ਇੰਨਾ ਜੋਰ ਲਾ ਸਕਦੇ ਜਿਹੜਾ 8 ਘੰਟੇ ਦੇ ਤੁਹਾਨੂੰ ਬਹੁਤ ਡਿਟੇਲ ਚ ਜਾਣਾ ਪੈਣਾ ਮਿਹਨਤ ਵੀ ਬਹੁਤ ਜ਼ਿਆਦਾ ਲੱਗਦੀ ਹੈ ਪਰ ਉਹਦੇ ਚ ਇਹ ਹੁੰਦਾ ਕਿ ਕੋਈ ਵੀ ਕੈਰੇਕਟਰ ਫਾਲਤੂ ਨਹੀਂ ਹੁੰਦਾ ਫਿਲਮ ਚ ਤਾਂ ਇੱਕੋ ਬੰਦੇ ਤੇ ਫੋਕਸ ਹੁੰਦਾ ਵੱਧ ਤੋਂ ਵੱਧ ਦੋ ਦੋਨੋਂ ਇੱਕ ਕੁੜੀ ਲਾ ਲਓ ਇੱਕ ਮੁੰਡਾ ਲਾ ਲਓ ਬਾਕੀ ਉਹਦੇ ਆਲੇ ਦੁਆਲੇ ਰਹਿਣਗੇ ਬਿਲਕੁਲ ਇਹਦੇ ਚ ਨਹੀਂ ਹੁੰਦਾ ਉਹ ਫਿਰ ਮੈਨੂੰ ਲੱਗਿਆ ਕਿ ਇਹਦੇ ਵਿੱਚ ਜ਼ਿਆਦਾ ਮੌਕਾ ਮਿਲਿਆ ਮੈਂ ਪੰਜਾਬੀ 'ਚ ਹੀ ਨਹੀਂ ਹਿੰਦੀ 'ਚ ਵੀ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਵੈਬ ਸੀਰੀਜ਼ ਨੇ ਉੱਤੇ ਲੈ ਕੇ ਆਏ ਹਨ ਹਾਂ ਲਾਈਕ ਪੰਕਜ ਦਰਪਾਠੀ ਲਾਲ ਹੋਵੇ ਸਾਰੇ ਐਗਜ਼ੈਪਲਸ ਨੇ ਹਨਾ ਵੈਬ ਸੀਰੀਜ਼ ਦੇ ਇਹਨਾਂ ਨੂੰ ਕਦੇ ਸੋਚਿਆ ਨਹੀਂ ਸੀ ਵੀ ਇਹ ਹੀਰੋ ਆਉਣਗੇ ਕਦੇ ਹਨਾ ਸਮਾਂ ਬਹੁਤ ਬਦਲ ਗਿਆ ਪਿਛਲੇ 4-5 ਸਾਲਾਂ 'ਚ 2018 ਚ ਆਈ ਹੈ ਸੈਕਰਟ ਗੇਮ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਜੋ ਮਾਰਕੀਟ ਬਦਲੀ ਹੈ ਹੁਣ ਤਾਂ ਪਹਿਲਾਂ ਕਹਿੰਦੇ ਸੀ ਹਰ ਐਕਟਰ ਨੂੰ ਬੰਬੇ ਜਾਣਾ ਪੈਣਾ ਹੂੰ ਹੁਣ ਤਾਂ ਉਹ ਲੱਭਦੇ ਫਿਰਦੇ ਆ ਬੈਟਰੀਆਂ ਲੈ ਕੇ ਕਿ ਕਿੱਥੇ ਬੈਠੇ ਆ ਵੀ ਇੰਡੀਆ 'ਚ ਕਿਤੇ ਵੀ ਬੈਠੇ ਹੋ ਤੁਸੀਂ ਅਸੀਂ ਆ ਜਾਂਦੇ ਆ ਜੁਡੀਸ਼ਨ ਲੈਣ ਫੜਾ ਕਿ ਬੰਬਈ ਰਹਿਣ ਦੀ ਲੋੜ ਵੀ ਨਹੀਂ ਹੈ ਨਾ ਮੈਂ ਕਹਿ ਦਿੰਦਾ ਜਦੋਂ ਕੋਈ ਫੋਨ ਹੁੰਦਾ ਜੀ ਮੈਂ ਤਾਂ ਚੰਡੀਗੜ੍ਹ ਰਹਿਣਾ ਪਹਿਲਾਂ ਤਾਂ ਘਰ ਲੋ ਖੁਸ਼ ਹੁੰਦੇ ਆ ਉਹ ਅੱਛਾ ਕਿ ਤੂੰ ਵਧੀਆ ਕਿ ਤੂੰ ਉੱਥੇ ਰਹਿਣਾ ਦੂਜਾ ਮੈਂ ਕਿਹਾ ਲੋੜ ਆ ਦੱਸੋ ਮੈਂ 2 ਘੰਟੇ 'ਚ ਪਹੁੰਚ ਜਾਊਂਗਾ ਉੱਥੇ ਬਾਇਰ ਹਨਾ ਸੋ ਵਧੀਆ ਲੱਗਦਾ ਹੁਣ ਕਿ ਉੱਥੇ ਬੈਠੇ ਹੀ ਸਾਰੀਆਂ ਚੀਜ਼ਾਂ ਪਤਾਲ ਲੋਕ ਤੋਂ ਬਾਅਦ ਸਾਰੀ ਇੰਡਸਟਰੀ ਨੇ ਉਹ ਦੇਖੀ ਇੱਕ ਤਾਂ ਉਹ ਕੋਵਿਡ ਸੀਗਾ ਦੋਜਾਉ ਸ਼ੋਅ ਬਹੁਤ ਸੋਹਣਾ ਸੀਗਾ ਹਰ ਪ੍ਰੋਡਕਸ਼ਨ ਉਸ ਤੋਂ ਮੈਨੂੰ ਮੈਸੇਜ ਆ ਗਏ ਫੋਨ ਆ ਗਏ ਅਨੁਸ਼ਕਾ ਨੇ ਕੀਤਾ ਫੋਨ ਅਨੁਸ਼ਕਾ ਨੇ ਨਹੀਂ ਕੀਤਾ ਅਨਰਾਕ ਕਸ਼ਬ ਦਾ ਆ ਗਿਆ ਜਿਹੜਾ ਮੇਰਾ ਫੇਵਰਿਟ ਸੀਗਾ ਅਨਰਾਕ ਕਸ਼ਬ ਦਾ ਆਇਆ ਫਿਰ ਤਾਂ ਗੱਲ ਖਤਮ ਫਿਰ ਮੈਂ ਕਿਹਾ ਮੈਨੂੰ ਤਾਂ ਫੋਨ ਆਇਆ ਮੈਨੂੰ ਮੈਂ ਕਿਹਾ ਯਾਰ ਰਾਤ ਦੇ ਦੁਪਹਿਰ ਦੇ 2 ਵਜੇ ਸੀਗਾ ਅੱਛਾ ਤੇ ਮੈਂ ਯਾਰ ਇਹ ਟਾਈਮ ਪੀਂਦਾ ਤਾਂ ਹੁੰਦਾ ਨਹੀਂ ਉਹਦੇ ਬਾਰੇ ਬਹੁਤ ਸੁਣਿਆ ਨਾ ਵੀ ਪੀ ਕੇ ਟਵਿੱਟਰ ਪੀ ਕੇ ਫੋਨ ਕਰ ਦਿੰਦਾ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਸੀ ਇਹ ਹਾਂ ਮੈਂ ਹਾਂ ਹਾਈ ਥਿਸ ਇਜ਼ ਜਹ ਜਗਦੀਪ ਥਿਸ ਇਜ਼ ਅਨੁਰਾਗ ਕਸ਼ਮ ਮੈਂ ਕਹ ਕੋਈ ਮੇਰਾ ਹੀ ਫਰੈਂਡ ਮੇਰਾ ਕੋਈ ਉੱਲੂ ਕੱਚ ਰਿਆ ਨਾ ਪਰ ਨਹੀਂ ਫਿਰ ਮੈਨੂੰ ਪਤਾ ਲੱਗ ਗਿਆ ਵੀ ਲੱਗਦਾ ਤਾਂ ਸਹੀ ਜਿਸ ਬੰਦੇ ਦਾ ਉਹਨੇ ਨਾਮ ਲਿਆ ਵੀ ਉਹ ਤੋਂ ਮੈਂ ਨੰਬਰ ਲਿਆ ਅੱਛਾ ਤਾਂ 20 ਮਿੰਟ ਸਾਡੀ ਗੱਲ ਹੁੰਦੀ ਰਹੀ ਵਧੀਆ ਲੱਗਿਆ ਕਿ ਮੈਨੂੰ ਪੰਜਾਬ ਬੈਠੇ ਨੂੰ ਉਹਨਾਂ ਨੇ ਐਨ ਅਪਰੀਸ਼ੀਏਟ ਕਰਿਆ ਨਾ ਥੈਟ ਇਜ਼ 빅 ਪਰ ਮੈਨੂੰ ਖੁਸ਼ੀ ਵੀ ਹੋਈ ਸਾਰੇ ਪ੍ਰੋਡਕਸ਼ਨ ਹਾਊਸ ਤੋਂ ਫੋਨ ਆਏ ਹਨਾ ਕਿ ਤੂੰ ਕਦੇ ਆਇਆ ਬੰਬੇ ਸਾਨੂੰ ਮਿਲੀ ਹਾਲਾਂਕਿ ਮੈਨੂੰ ਬਾਅਦ ਚ 6-7 ਮਹੀਨੇ ਲੰਘ ਗਏ ਮੈਨੂੰ ਲੱਗਿਆ ਹੁਣ ਤਾਂ ਭੁੱਲ ਪ ਮੈਂ ਆਪੇ ਇਹਨਾਂ ਨੇ ਯਾਦ ਕਰ ਲੈਣਾ ਜੋ ਉਹ ਕੰਮ ਕੁਮਾਇਆ ਸੋ ਹੁਣ ਵਧੀਆ ਲੱਗਦਾ ਕਿ ਉਹ ਲੋਕ ਕਦਰ ਪਾ ਰਹੇ ਆ ਇਹ ਜਿਹੜਾ ਵਰਡ ਆਡੀਸ਼ਨ ਹੈ ਨਾ ਪੰਜਾਬ ਚ ਨਹੀਂ ਸੁਣਿਆ ਮੈਂ ਪੰਜਾਬੀ ਇੰਡਸਟਰੀ ਚ ਇਹਨਾਂ ਨੇ ਇੱਕ ਵਰਡ ਮੈਂ ਸਕ੍ਰਿਪਟ ਨਹੀਂ ਸੁਣੀ ਇੱਕ ਮੈਂ ਆਡੀਸ਼ਨ ਨਹੀਂ ਸੁਣਿਆ ਇੱਕ ਮੈਂ ਪ੍ਰੋਫੈਸ਼ਨਲਿਜ਼ਮ ਨਹੀਂ ਸੁਣਿਆ ਬਿਲਕੁਲ ਸਹੀ ਸੁਣਦੇ ਹੋ ਤੁਸੀਂ ਕਿਉਂਕਿ ਇੱਥੇ ਨਾ ਸਾਰੇ ਮਾਲਕ ਨੇ ਸਭ ਤੋਂ ਵੱਡੀ ਗੱਲ ਪ੍ਰੋਡਕਸ਼ਨ ਹਾਊਸ ਕੋਈ ਇਦਾਂ ਦਾ ਨਹੀਂ ਹੈ ਜਿਹੜਾ ਹਰ ਆਰਟਿਸਟ ਨਾਲ ਕੰਮ ਕਰਦਾ ਹੋਵੇ ਆਰਟਿਸਟ ਦੇ ਆਪਣੇ ਆਪਣੇ ਪ੍ਰੋਡਕਸ਼ਨ ਹਾਊਸ ਨੇ ਬਿਲਕੁਲ ਸਾਰੇ ਇਹਨਾਂ ਚੀਜ਼ਾਂ ਚ ਬਹੁਤ ਫਰਕ ਹੈ ਆਣਾ ਸਭ ਦੇ ਆਪਣੇ ਪ੍ਰੋਡਕਸ਼ਨ ਹਾਊਸ ਨੇ ਤੇ ਉਹ ਆਪ ਹੀ ਹੀਰੋ ਨੇ ਆਪ ਹੀ ਪ੍ਰੋਡਿਊਸਰ ਨੇ ਸੋ ਮਾਲਕ ਨੇ ਚਾਹੇ ਉਹ ਜਿਹੇ ਜੀ ਮਰਜੀ ਫਿਲਮ ਬਣਾਉਣਾ ਹੀਰੋ ਨੇ ਹੂੰ ਬੰਬੇ ਕੀ ਹੁੰਦਾ ਪ੍ਰੋਡਕਸ਼ਨ ਹਾਊਸ ਨੇ ਜਿਹੜਾ ਚੱਲਦਾ ਉਹਨੂੰ ਹਾਇਰ ਕਰਦੇ ਭੀ ਅੱਜ ਕੱਲ ਇਹਦਾ ਸਮਾਂ ਚੱਲ ਰਿਹਾ ਇਹ ਵਧੀਆ ਐਕਟਰ ਐ ਇਹਨੂੰ ਲਾਓ ਫਿਰ ਉਹ ਕਿਸੇ ਵੀ ਹੱਦ ਤੱਕ ਜਾਂਦੇ ਉਹਨੂੰ ਲੈਣ ਲਈ ਅੱਛਾ ਪੰਜਾਬੀ 'ਚ ਐ ਨਹੀਂ ਹੁੰਦਾ ਪੰਜਾਬੀ 'ਚ ਪਹਿਲੀ ਗੱਲ ਇਦਾਂ ਨਹੀਂ ਹੁੰਦਾ ਕਿ ਸਕ੍ਰਿਪਟ ਪਹਿਲਾਂ ਲਿਖੀ ਜਾਵੇ ਤੇ ਉਸ ਤੋਂ ਬਾਅਦ ਉਹਦੇ ਅਕੋਰਡਿੰਗ ਕਾਸਟ ਹੋਵੇ ਇਹ ਨਹੀਂ ਹੈਗਾ ਸਾਡੇ ਕਲਚਰ ਬਿਲਕੁਲ ਨਹੀਂ ਹੈਗਾ ਸਾਡੀਆਂ ਮਾਮੀਆਂ ਭੂਆ ਮਾਸੀ ਫੁੱਫੜ ਉਹ ਸੇਮ ਨੇ ਹਰ ਫਿਲਮ ਚੋ ਸੇਮ ਮਿਲਦੇ ਆ ਸੋ ਉੱਤੋਂ ਤੁਸੀਂ ਭੱਜ ਵੀ ਨਹੀਂ ਸਕਦੇ ਬਿਲਕੁਲ ਹੈਨਾ ਤੇ ਮੈਨੂੰ ਲੱਗਦਾ ਹੌਲੀ ਹੌਲੀ ਸਮਾਂ ਬਦਲੂਗਾ ਇਹ ਚੀਜ਼ਾਂ ਹੌਲੀ ਹੌਲੀ ਬਦਲਣਗੀਆਂ ਹੁਣ ਸਿਨੇਮਾ ਬਹੁਤ ਗਰੋ ਕਰ ਰਿਹਾ ਔਰ ਆਮ ਲੋਕ ਵੀ ਜਦੋਂ ਇਹ ਗੱਲਾਂ ਸਮਝਣਗੇ ਤਾਂ ਮੈਨੂੰ ਲੱਗਦਾ ਚੀਜ਼ਾਂ ਬਦਲਣਗੀਆਂ ਪਰ ਸਕ੍ਰਿਪਟ ਤਾਂ ਹਜੇ ਵੀ ਨਹੀਂ ਲਿਖੀ ਜਾਂਦੀ ਸਕ੍ਰਿਪਟ ਤਾਂ ਹਜੇ ਵੀ ਪੰਗਾ ਹੈ ਏ ਪੰਗਾ ਤੁਸੀਂ ਪਾਇਆ ਲੱਗਦਾ ਮੈਨੂੰ ਤੁਸੀਂ ਮੰਗਦੇ ਹੋ ਨਹੀਂਓ ਸਕ੍ਰਿਪਟ ਚਾਹੀਦੀ ਮੈਨੂੰ ਹਾਂ ਮੈਂ ਮੰਗ ਲੈਣਾ ਮੈਨੂੰ ਪੰਗਾ ਖੜਾ ਹੋ ਜਾਂਦਾ ਜਦੋਂ ਮੈਂ ਮੰਗ ਲੈਣਾ ਵੀ ਸਕ੍ਰਿਪਟ ਦੇ ਦਿਓ ਪਰ ਇਹ ਕਿੰਨੀ ਨਾਰਮਲ ਕਿੰਨੀ ਇੰਪੋਰਟੈਂਟ ਵੈਲਿਡ ਪੁਆਇੰਟ ਹੈ ਬਈ ਮੈਂ ਐਕਟ ਕਰਨਾ ਮੈਨੂੰ ਸਕ੍ਰਿਪਟ ਤਾਂ ਫੜਾ ਦਿਓ ਮੈਂ ਉਹੀ ਕਹਿ ਰਿਹਾ ਜਦੋਂ ਪ੍ਰੋਡਿਊਸਰ ਕੋਈ ਹੋਰ ਹੋਊਗਾ ਜਿਹਨੇ ਜਿਹੜਾ ਐਕਸਪੀਰੀਅੰਸ ਹੋਊਗਾ ਜਦੋਂ ਉਹਦਾ ਪੈਸਾ ਲੱਗੂਗਾ ਫੇਰ ਉਹ ਸਕ੍ਰਿਪਟ ਪੂਰੀ ਲਊਗਾ ਵੀ ਪਹਿਲਾਂ ਮੈਨੂੰ ਲਿਖ ਕੇ ਦੇ ਹਾਂ ਮੈਂ ਉਹ ਦੇ ਅਕੋਰਡਿੰਗ ਬਣਾਉਂਗਾ ਇੱਥੇ ਉਹ ਆਪ ਹੀ ਨੇ ਅਗਲਾ ਕਹਿੰਦਾ ਯਾਰ ਕੋਈ ਗੱਲ ਨਹੀਂ ਕਰ ਲਾਂਗੇ ਸੈਟ ਤੇ ਹੀ ਬੱਜ ਜਣੇਗਾ ਵੱਤੋ ਵੱਧ 10 ਲੱਖ ਵੱਧ ਲੱਗ ਜੂਗਾ ਨਾ ਤਾਂ ਕਰਕੇ ਉਸ ਚੱਕਰ 'ਚ ਇਹ ਅਨਪ੍ਰੋਫੈਸ਼ਨਲਿਜ਼ਮ ਹੁੰਦਾ ਤੇ ਤੁਹਾਨੂੰ ਮਨ ਲੱਗ ਜਾਂਦਾ ਓਏ ਇਹੋ ਜਿਹੀ ਫਿਲਮ ਦੇ ਨਾਲ ਜੁੜਨ ਦਾ ਹੁਣ ਸਪੈਸ਼ਲੀ ਬਿੰ ਦੇਖੋ ਐਦਾਂ ਹੁੰਦਾ ਵੈਨ ਯੂ ਸੀ ਦ ਬੈਸਟ ਆਫ ਬੋਥ ਦ ਵਰਲਡਸ ਹੁੰਦਾ ਤੁਸੀਂ ਇੱਥੋਂ ਦਾ ਵੀ ਬੈਸਟ ਦੇਖਿਆ ਇੱਥੇ ਅਨੁਰਾਗ ਅਸ਼ਰਵ ਤੁਹਾਨੂੰ ਪ੍ਰੇਜ਼ ਕਰ ਰਿਹਾ ਤੁਸੀਂ ਜਾਣਿਓ ਪ੍ਰੋਫੈਸ਼ਨਲੀ ਤੁਹਾਨੂੰ ਸਕ੍ਰਿਪਟ ਦਿੱਤੀ ਜਾਂਦੀ ਹੈ ਤੁਸੀਂ ਪੜ੍ਹਦੇ ਹੋ ਸਾਰਾ ਕੁਝ ਮੈਂ ਕਹਿੰਨਾ ਇੱਕ ਇੱਕ ਸੀਨ ਤੇ ਇੱਕ ਇੱਕ ਜਦੋਂ ਐਕਟਰ ਕੈਮਰੇ ਅੱਗੇ ਜਾਣਾ ਹੁੰਦਾ ਨਾ ਉਸ ਤੋਂ ਪਹਿਲਾਂ ਵੀ ਡਾਇਰੈਕਟਰ ਇੰਨੀ ਡਿਸਕਸ਼ਨ ਕਰਦਾ ਵੀ ਆ ਇਹਵੇਂ ਐਵੇਂ ਐਵੇਂ ਇੱਥੇ ਬਿਲਕੁਲ ਡਿਫਰੈਂਟ ਹੈ ਜੋ ਇਹ ਰੀਲਾਂ ਬਣਾਉਂਦੇ ਡਿਸਕਸ਼ਨ ਹੁੰਦਾ ਇਸੇ ਪਹਿਲਾਂ ਤਾਂ ਸਾਰੀ ਫਿਲਮ ਦਿਖਾ ਲਦੇ ਆ ਆ ਬੈਠੇ ਨੇ ਜੀ ਅੱਜ ਸਾਡੇ ਨਾਲ ਆ ਬੈਠੇ ਨੇ ਸਾਰੇ ਉਹ ਪਹਿਲਾਂ ਹੀ ਪਾਈ ਪੂਝ ਜਾਂਦੇ ਆ ਹਾਂ ਰੀਲਾਂ ਪਾ ਪਾ ਕੇ ਫਿਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਰੀਲਾਂ ਤੇ ਫਿਲਮਾਂ 'ਚ ਕੋਈ ਫਰਕ ਨਹੀਂ ਰਹਿਣਾ ਨਾ ਉਹ ਬਹੁਤ ਸੀਕ੍ਰੀਟ ਸ਼ੂਟ ਕਰਦੇ ਆ ਵਨਕੇ ਐਕਟਰ ਦੱਸ ਵੀ ਨਹੀਂ ਸਕਦਾ ਕਿ ਮੈਂ ਕਿੱਥੇ ਸ਼ੂਟ ਕਰ ਰਿਹਾ ਬਹੁਤ ਸੀਕ੍ਰੀਟ ਸ਼ੂਟ ਕਰਦੇ ਆ ਉਹ ओके सो ਉਹ ਤਾਂ ਡਾਕੂਮੈਂਟਰੀ ਲਿਖ ਦਿੰਦੇ ਆ ਕਿ ਇੱਥੇ ਡਾਕੂਮੈਂਟਰੀ ਸ਼ੂਟ ਹੋ ਰਹੀ ਆ ਆਮ ਪਬਲਿਕ ਨੂੰ ਪਤਾ ਹੀ ਨਾ ਲੱਗੇ ਅੱਛਾ ਤੇ ਮੈਨੂੰ ਲੱਗਦਾ ਇਹ ਹੌਲੀ ਹੌਲੀ ਸ਼ਾਇਦ ਸਾਡੇ ਕਲਚਰ ਚ ਵੀ ਆਉਣਾ ਚਾਹੀਦਾ ਤਾਂ ਇੱਕ ਛੋਟੀ ਜਿਹੀ ਸੀਰੀਜ਼ ਬਹੁਤ ਔਖਾ ਹੈ ਜਦ ਤੱਕ ਕਿਉਂਕਿ ਚੇਂਜ ਕੀ ਹੋਣਾ ਚਾਹੀਦਾ ਕਿ ਇਹ ਐਕਟਰਸ ਬੰਦ ਕਰ ਦੇਣ ਆਪਣੇ ਪ੍ਰੋਡਕਸ਼ਨ ਹਾਊਸਸ ਜਾਂ ਬਾਕੀਆਂ ਨੂੰ ਥੋੜਾ ਮੌਕਾ ਦੇਣ ਜਾਂ ਜਿਹੜੇ ਨੌਨ ਸਿੰਗਰਸ ਨੇ ਉਹ ਵੀ ਐਕਟਿੰਗ ਚ ਆਉਣ ਕਿਤੇ ਉਹ ਵੀ ਮੈਨੂੰ ਲੱਗਦਾ ਜਦ ਤੱਕ ਹੁਣ ਅਸੀਂ ਆਪਣਾ ਪ੍ਰੋਡਕਸ਼ਨ ਹਾਊਸ ਬਣਾਇਆ ਨਾ ਮੈਂ ਤਾਂ ਕਹਿ ਰਿਹਾ ਸੀ ਮੈਂ 3 ਸਾਲ ਇਸ ਚੀਜ਼ ਤੇ ਲਾਇਆ ਜੇ ਮੈਂ ਇਸੇ ਚੀਜ਼ ਤੇ ਬੈਠਾ ਰਹਿੰਦਾ ਕਿ ਕੋਈ ਇਦਾਂ ਮੌਕਾ ਦੇਊਗਾ ਕੋਈ ਕਿਸੇ ਨੂੰ ਮੌਕਾ ਨਹੀਂ ਦੇਊਗਾ ਪੰਜਾਬੀ ਇੰਡਸਟਰੀ 'ਚ ਇਹ ਕਲਚਰ ਹੈ ਨਹੀਂ ਕਿ ਆਹ ਐਕਟਰ ਵਧੀਆ ਇਹਨੂੰ ਮੈਂ ਲੈਣਾ ਇਹਨੂੰ ਮੈਂ ਅੱਗੇ ਪ੍ਰਮੋਟ ਕਰਦਾ ਇਹ ਨਹੀਂ ਹੋ ਸਕਦਾ ਉਹ ਸਿਰਫ ਆਪਣਾ ਆਰਟਿਸਟ ਹੀ ਪ੍ਰਮੋਟ ਕਰੂਗਾ ਰਾਈਟ ਉਹ ਕਿਸੇ ਨੂੰ ਕਿਉਂ ਵੱਡਾ ਕਰੂਗਾ ਹਨਾ ਇਹ ਤਾਂ ਚੱਲਦਾ ਹੀ ਆਇਆ ਕਿਉਂਕਿ ਸਾਡੀ 뮤직 ਇੰਡਸਟਰੀ ਵੱਡੀ ਹੈ ਫਿਰ ਕੀ ਹੁੰਦਾ ਕਿ ਉਹਨਾਂ ਦੀ ਫਿਲਮ ਜਿਹੇ ਜੀ ਮਰਜ਼ੀ ਬਣ ਜੇ ਉਹਨਾਂ ਦਾ 뮤직 ਵਧੀਆ ਵਿਕ ਜਾਂਦਾ ਇਸ ਕਰਕੇ 뮤직 ਤੇ ਫੋਕਸ ਰੱਖਦੇ ਆ ਇਹ ਜਦ ਤੱਕ ਆਡੀਅנס ਨਹੀਂ ਬਦਲਦੀ ਕਿ ਆਡੀਅנס ਉਸ ਚੀਜ਼ ਨੂੰ ਕਹੇ ਵੀ ਨਾ ਹੁਣਨੀ ਅਸੀਂ ਐਕਸੈਪਟ ਕਰਨੀ ਫਿਰ ਉਹ ਜ਼ਰੂਰ ਬਦਲਣਗੇ ਫਿਰ ਬਦਲਣਗੇ ਫਿਰ ਉਹਨਾਂ ਨੂੰ ਜ਼ੋਰ ਲਾਉਣਾ ਹੀ ਪੈਣਾ ਫਿਰ ਉਹਨਾਂ ਨੂੰ ਕਰਨਾ ਹੀ ਪੈਣਾ ਹੋਊਗਾ ਬਿਲਕੁਲ